ਜਲਦੀ 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 ਸਾਹਿਲ 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 ਏ 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 ਓ ਤੇਰੀ ਖੈਰ ਸਾਹਿਲ, ਜ਼ੋਰ ਲਾ ਸਾਹਿਲ, ਬਸ ਥੋੜ੍ਹਾ ਜਿਹਾ ਓਏ ਚਲੋ ਉੱਠੋ, ਸਾਰੇ ਕੱਪੜੇ ਗੰਦੇ ਕਰ ਲਏ ਤੁਸੀਂ ਕੰਜਰੋ, ਚਲੋ 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 ਉੱਠੋ ਉੱਠੋ ਉੱਠੋ, ਤੁਹਾਨੂੰ ਦੱਸਿਆ ਵੀ ਸੀਗਾ ਤੁਸੀਂ ਫਿਰ ਵੀ ਹਾਰ ਗਏ, ਕੋਈ ਹਾਲ ਨਹੀਂ ਤੁਹਾਡਾ, ਜਲਦੀ 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 ਦੋਨੇ ਜਣੇ ਲੇਟ ਜਾਓ ਲੇਟ ਜਾਓ ਲੇਟ ਦੋਨੇ ਜਣੇ 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 ਅਸਲਾਮ ਵਾਲੇਕਮ ਜੀ, ਕੀ ਹਾਲ ਚਾਲ ਹੈ ਸਾਰਿਆਂ ਦਾ, ਠੀਕ ਠਾਕ ਰਾਦੀ ਤਕੜੇ ਹੋ, ਹੋਰ ਸੁਣਾਓ, ਵੈਲਕਮ ਬੈਕ ਹੋ ਗਿਆ ਇੱਕ ਨਵੇਂ ਵਲੌਗ ਦੇ ਵਿੱਚ, ਮੈਂ ਤੁਹਾਡਾ ਭਰਾ ਅਲੀ ਹਸਨ ਆਸ਼ਿਕ, ਉਮੀਦ ਕਰਦਾ ਸਾਰੇ ਠੀਕ ਠਾਕ ਹੋ ਗਏ, ਰਾਦੀ ਹੋ ਗਏ, ਤਕੜੇ ਹੋ ਗਏ, ਅਤੇ ਅੱਜ ਅਸੀਂ ਨਾ ਜ਼ਰਾ ਰੱਸਾ ਖਿੱਚਣ ਵਾਲੀ ਜਿਹੜੀ ਗੇਮ ਕਰਦੇ ਪਏ ਹਾਂ, ਉਮੀਦ ਕਰਦਾ ਕਿ ਤੁਸੀਂ ਸਾਰਿਆਂ ਨੇ ਮੈਨੂੰ ਮਿਸ ਤਾਂ ਕੀਤਾ ਹੋਣਾ ਪਿਛਲੇ 2-4 ਦਿਨਾਂ ਤੋਂ, ਪਰ ਇਹ ਕਿ ਇਹ ਜਿਹੜਾ ਮਿਸ ਕਰਨੇ ਵਾਲਾ ਸਿਸਟਮ ਹੈ ਉਹ ਖਤਮ ਹੋ ਗਿਆ ਹੁਣ, ਠੀਕ ਹੈ, ਹੁਣ ਵਲੌਗ ਅਗਰ ਦੁਬਾਰਾ ਪਾ ਰਹੇ ਹਾਂ ਤੁਹਾਡਾ ਭਰਾ ਦੁਬਾਰਾ ਵਾਪਸ ਆ ਗਿਆ, ਠੀਕ ਹੈ, ਹੋਰ ਸੁਣਾਓ ਤਾਂ ਬੇਸੇ ਇਹਦਾ ਕੀ ਹਾਲ ਚਾਲ ਹੈ, ਠੀਕ ਠਾਕ ਰਹੋ ਰਾਦੀ ਹੋ ਤਕੜੇ ਹੋ, ਅਲੀ ਹਸਨ ਯੂਟਿਊਬ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਮਾਰੋ, ਨਾਲੇ ਬੈਲ ਆਈਕਨ ਪ੍ਰੈਸ ਕਰ ਲਓ, ਅਤੇ ਵੀਡੀਓ ਪੂਰੀ ਵੇਖਿਓ, ਅਤੇ ਵੀਡੀਓ ਪੂਰੀ ਵਿੱਚ ਬੜਾ ਮਜ਼ਾ ਆਉਣ ਵਾਲਾ ਹੈ, ਕਿਉਂਕਿ ਬੱਚੇ ਛੋਟੇ ਜਿਹੜੇ ਗਏ ਹੋਏ ਸੀਗੇ ਸਾਹਿਲ ਆਦਲ ਹੋਣੀ, ਇਹ ਸਾਰੇ ਵਾਪਸ ਆ ਗਏ ਆ, ਅਤੇ ਅੱਜ ਅਸੀਂ ਆਏ ਹਾਂ ਇੱਕ ਗੇਮ ਦੇ ਨਾਲ, ਚੈਲੰਜ ਹੈਗਾ ਵਾ ਜੀ, ਰਸਾ ਖਿੱਚਣ ਵਾਲਾ ਚੈਲੰਜ, ਠੀਕ ਹੋ ਗਿਆ, ਪੂਰੀ ਵੀਡੀਓ ਵੇਖਿਓ ਤੁਹਾਨੂੰ ਮਜ਼ਾ ਆਏਗਾ, ਅਤੇ ਕੀ ਕਹਿੰਦੇ ਹੁੰਦੇ ਆ ਦੂਸਰਾ ਆਪਣਾ ਉਹਨੂੰ ਅਲੀ ਹਸਨ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਮਾਰ ਲਓ, ਵੀਡੀਓ ਪੂਰੀ ਵੇਖਿਓ, ਤਾਂ ਮੈਂ ਤੁਹਾਡਾ ਭਰਾ ਅਲੀ ਹਸਨ ਆਸ਼ਕ, ਅਤੇ ਆਪਾਂ ਚੱਲਦੇ ਹਾਂ ਹੁਣ ਗੇਮ ਵਾਲੀ ਸਾਈਡ 'ਤੇ, ਬੱਚੇ ਛੇ ਜ਼ਰਾ ਤਿਆਰ ਹੋ ਰਹੇ ਆ, ਮੈਂ ਕਿਹਾ ਜ਼ਰਾ ਰਸਾ ਸ਼ਸਾ ਤਿਆਰ ਕਰੋ, ਰਸਾ ਸਾਨੂੰ ਲੱਭਿਆ ਨਹੀਂ ਤਾਂ ਅਸੀਂ ਇੱਕ ਪੈਪ ਨੂੰ ਨਾ ਜ਼ਰਾ ਟਲੀ ਛਲੀ ਮਾਰੀਏ, ਮੈਂ ਤੁਹਾਨੂੰ ਦਿਖਾਉਂਦਾ, ਚਲੋ ਆਪਾਂ ਜ਼ਰਾ ਚੱਲਦੇ ਹਾਂ, ਤੁਹਾਨੂੰ ਦਿਖਾਉਂਦਾ ਸਿਸਟਮ ਬਾਹਰ ਦਾ ਕੀ ਸਿਸਟਮ ਚੱਲਦਾ ਪਿਆ ਹੈ। ਅੱਛਾ ਕਹਿੰਦੇ ਬੰਦੇ ਸਾਡੇ ਜਿਹੜੇ ਨਾ ਤਿਆਰ ਹੋ ਗਏ ਆ, ਸਾਹਿਲ ਹੋਣੀ ਜ਼ਰਾ ਗਿਆ ਹੋਇਆ ਸੀ ਆਪਣੇ ਨਾਨਿਆਂ ਸ਼ਾਨਿਆਂ ਦੇ ਘੁੰਮਣ ਫਿਰਨ, ਛੋਟੀਆਂ ਇੰਜੋਏ ਕਰਨ, ਤੇਰੇ ਨੂੰ ਪੁੱਛਦੇ ਹਾਂ ਕੀ ਹਾਲ ਚਾਲ ਹੈ ਤੇਰਾ। ਹਾਂਜੀ ਠੀਕ ਆ, ਤੁਸੀਂ ਠੀਕ ਹੋ? ਹਾਂ ਠੀਕ ਆ, ਕਿੱਥੇ ਗਿਆ ਹੋਇਆ ਸੀ ਇਹਨਾਂ ਦਿਨ ਦਾ? ਲਿਆਕਤਪੁਰ। ਅੱਛਾ, ਕਿਵੇਂ ਫਿਰ ਮਜ਼ਾ ਆਇਆ ਛੁੱਟੀਆਂ ਦਾ? ਹਾਂਜੀ ਬਹੁਤ ਮਜ਼ਾ ਆਇਆ। ਤੈਨੂੰ ਮਜ਼ਾ ਆਇਆ ਓਏ? ਹਾਂਜੀ ਆਇਆ। ਓਏ ਤੈਨੂੰ? ਹਾਂ ਆਇਆ। ਇਹਨੇ ਦਿਨ ਕਿੱਥੇ ਰਹਿ ਗਿਆ ਉੱਥੇ ਹੈ? ਹੈ ਓਏ ਕਿੱਥੇ ਰਹਿ ਗਿਆ, ਖੜਾ ਹੋ, ਤੇਰੀ ਅਸੀਂ ਤੇ ਅਸੀਂ ਕਿੱਥੇ ਰਹਿ ਗਿਆ ਇਹਨੇ ਦਿਨ? ਨਾਨੂਆਂ ਦੇ। ਅੱਛਾ ਕਹੇ ਤੇ ਸਾਨੂੰ ਨਾ ਰਸਾ ਜ਼ਰਾ ਲੱਭਿਆ ਨਹੀਂ, ਤੇ ਅਸੀਂ ਜ਼ਰਾ ਨਾ ਸਾਹਿਲ ਪੈਪ ਚੈੱਕ ਕਰਾ, ਅਸੀਂ ਜ਼ਰਾ ਨਾ ਪੈਪ ਦੇ ਉੱਤੇ ਜਿਹੜਾ ਸਿਸਟਮ ਹੈ ਆਪਣਾ ਕੀਤਾ ਹੋਇਆ ਚੈੱਕ ਕਰੋ ਜ਼ਰਾ ਗਾਈਸ, ਇਹ ਅਸੀਂ ਪੈਪ ਦੇ ਉੱਤੇ ਨਾ ਯਾਨੀ ਕਿ ਰਾ ਲਿਆ ਸਿਸਟਮ, ਅਤੇ ਇਹ ਸਾਡੀ ਜਿਹੜੀ ਆ ਨਾ ਮਿਡ ਲਾਈਨ ਹੋਏਗੀ, ਅਤੇ ਇਹਦੇ ਉੱਤੇ ਰੱਖ ਕੇ ਦੋ ਬੰਦੇ ਇੱਕ ਸਾਈਡ ਦੇ ਉੱਤੇ ਅਤੇ ਇੱਕ ਬੰਦਾ ਇੱਕ ਸਾਈਡ ਦੇ ਉੱਤੇ, ਅਸੀਂ ਜਿਹੜਾ ਨਾ ਇਹ ਗੇਮ ਜਿਹੜਾ ਤਰੀਕੇ ਨਾਲ ਕਰਨ ਲੱਗਿਆ, ਚਾਰਾਂ ਤਿੰਨਾਂ ਦੇਖਦੇ ਹਾਂ ਵੀ ਯਾਰ ਤਿੰਨਾਂ 'ਚੋਂ ਕਿਹੜਾ ਵਿਨ ਹੋਏਗਾ, ਠੀਕ ਹੈ, ਅਤੇ ਬਾਕੀ ਤੁਸੀਂ ਜੁੜੇ ਰਹੋ ਪੂਰੀ ਵਲੌਗ ਦੇ ਨਾਲ, ਤਾਂ ਵੀਡੀਓ ਪੂਰੀ ਵਾਚ ਕਰਿਓ, ਮੈਂ ਤੁਹਾਡਾ ਭਰਾ ਲਈ ਸੁਨਾਸ਼ਕ, ਅਰੇ ਸਾਨੂੰ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਮਾਰੋ, ਅਤੇ ਆਪਾਂ ਚੱਲਦੇ ਹਾਂ ਗੇਮ ਦੀ ਤਰਫ, ਠੀਕ ਹੋ ਗਿਆ। ਅੱਛਾ ਗਾਇ ਤੇ ਵਲੌਗ ਆਪਣਾ ਜਿਹੜੀ ਗੇਮ ਆ ਨਾ ਉਹ ਸਟਾਰਟ ਕਰਨ ਲੱਗੇ ਹਾਂ, ਅਤੇ ਤੁਸੀਂ ਕੀ ਕਹਿੰਦੇ ਹੁਣ ਦੇਖ ਸਕਦੇ ਹੋ ਸਾਡੇ ਬੰਦੇ ਤਿਆਰ ਹੈਗੇ ਆ, ਚਲੋ ਵੀ ਸਾਰੇ ਅਰੇਂਜ ਹੋ ਜਾਓ, ਆਪਣੇ ਆਪਣੀ ਸਾਈਡ ਮੰਨ ਲਓ ਜਿਹਨਾਂ ਜਿਹਨਾਂ ਜਿਹੜੀ ਜਿਹੜੀ ਸਾਈਡ 'ਤੇ ਜਾਣਾ ਹੈਗਾ, ਪੈਪ ਵੀ ਚੱਕ, ਇੰਨੀ ਦੂਰ ਜਾ ਕੇ ਪੈਪ ਖਿੱਚੋ, ਚਲੋ ਤੁਸੀਂ ਪੈਪ ਚੱਕ ਆਪਣਾ, ਚਲੋ 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 ਚਲੋ, ਆਹ ਜਿਹੜੀ ਵਾਈਟ ਪੱਟੀ ਜੀ ਆ ਨਾ ਇਹ ਬਿਲਕੁਲ ਇਹਦੇ ਉੱਤੇ ਹੋਣੀ ਚਾਹੀਦੀ, ਥੱਲੇ ਰੱਖੋ ਥੱਲੇ ਰੱਖੋ ਥੱਲੇ ਰੱਖੋ ਥੱਲੇ ਰੱਖੋ, ਤੁਸੀਂ ਦੋਨਾਂ ਨੇ ਆਪਣਿਆਂ ਨੂੰ ਖਿੱਚਣਾ ਵਾ, ਸਾਹਿਲ ਨੇ ਆਪਣਿਆਂ ਨੂੰ ਖਿੱਚਣਾ, ਠੀਕ ਆ, ਜਿੱਦਾਂ ਮੈਂ ਕਹੂੰਗਾ ਉਦੋਂ। ਅੱਛਾ ਗਾਇਸ ਤੇ ਹੁਣ ਨਾ ਬੜੇ ਜੋਸ਼ ਦੇ ਵਿੱਚ ਆ, ਕੌਣ ਜਿੱਤੂਗਾ ਕੀ ਲੱਗਦਾ, ਕੌਣ ਜਿੱਤੂਗਾ? ਅਸੀਂ ਸਾਹਿਲ, ਕੌਣ ਜਿੱਤੂਗਾ? ਅਸੀਂ ਮੈਂ ਜਿੱਤੂਗਾ। ਅੱਛਾ ਚਲੋ ਜੀ, ਆਪਾਂ ਤਰ੍ਹਾਂ ਦੇਖਦੇ ਹਾਂ ਹੁਣ ਕੌਣ ਜਿੱਤਦਾ, ਜਦੋਂ ਮੈਂ 3-2-1 ਗੋ ਕਹਾਂਗਾ ਨਾ ਉਦੋਂ ਸਟਾਰਟ ਕਰਨਾ, ਠੀਕ ਹੈ, ਅਤੇ 3-2-1 ਗੋ। ਚਲੋ 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 ਚਲੋ, ਸਾਹਿਲ ਨੂੰ ਲੈ ਕੇ ਤੋਰੀ ਚੜੇ, ਲੈ ਕੇ ਸਾਹਿਲ ਨੂੰ, ਸਾਹਿਲ ਰਸਾ ਵਾਲ, ਸਾਹਿਲ ਚੱਲ ਚੱਲ ਸਾਹਿਲ, ਜ਼ੋਰ ਲਾ, ਓਏ ਓਏ ਓਏ,
ਓ ਚੱਲ 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 ਸਾਹਿਲ ਲੈ ਜਾ ਸਾਹਿਲ ਦੋਨਾਂ ਨੂੰ ਲੈ ਜਾ 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 ਚੱਲ ਸਾਹਿਲ ਚੱਲ 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 ਸਾਹਿਲ ਸਾਹਿਲ ਚੱਲ ਚੱਲ ਸਾਹਿਲ ਜਿੱਤ ਜਾਏਗਾ ਸਾਹਿਲ ਜਿੱਤ ਜਾਏਗਾ ਸਾਹਿਲ ਲੈ ਜਾ ਸਾਹਿਲ ਰੱਸਾ ਇਕੱਠਾ ਕਰ ਅੱਗਿਓਂ ਕਿਉਂ ਫੜ ਜਾ ਹਾਂ ਇੱਦਾਂ ਚੱਲ 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 ਜ਼ੋਰ ਲਾ ਚੱਲ 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 ਸਾਹਿਲ ਹੋਰ ਚੱਲ ਚੱਲ ਪਿੱਛੇ ਸਾਹਿਲ ਝਰਨਾ ਨਹੀਂ ਸਾਹਿਲ ਚੱਲ 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 ਆਹ ਵੈਰੀ ਗੁੱਡ ਬੰਦੇ ਸੁੱਟ ਦਿੱਤੇ ਜੀ ਕਿੱਦਾਂ ਫਿਰ ਹਾਰ ਗਿਆ ਜੀ ਅੱਛਾ ਜੀ ਦਰਅਸਲ ਗੱਲ ਇੱਦਾਂ ਵਾ ਕਿ ਜ਼ੋਰ ਦੌਰਾਨ ਇਹਨਾਂ ਦਾ ਸਹੀ ਲੱਗਾ ਨਹੀਂ ਹੈਗਾ ਮੇਰੇ ਹਿਸਾਬ ਨਾਲ ਆਪਾਂ ਇੱਦਾਂ ਕਰਾਂਗੇ ਨਾਲ 3 ਰਾਊਂਡ ਕਰਾਂਗੇ ਦੋਵਾਂ ਦੇ ਵਿੱਚ ਜਿਹੜਾ ਸਿਸਟਮ ਪਤਾ ਚੱਲ ਜਾਏਗਾ ਵੀ ਕੌਣ ਜਿੱਦਾ ਕੌਣ ਹਰਿਆ ਤੀਸਰਾ ਜਿਹੜਾ ਹੋਏਗਾ ਉਹ ਫਾਈਨਲ ਹੋਏਗਾ ਐਟ ਦ ਐਂਡ ਵਿਨਰ ਡਿਸਾਈਡ ਕੀਤਾ ਜਾਏਗਾ ਅਤੇ ਹੁਣ ਚੱਲਦਾ ਹੈ ਬਾਕੀ ਰਾਊਂਡ 2 ਦੀ ਤਰਫ ਚੱਲਦੇ ਹਾਂ ਆਪਾਂ ਰਾਊਂਡ 1 ਦੇ ਵਿੱਚ ਤਾਂ ਸਾਹਿਲ ਜਿਹੜਾ ਹੋ ਗਿਆ ਸਾਹਿਲ ਕਿਵੇਂ ਸਾਥ ਨਹੀਂ ਚੜਿਆ ਹਾਂਜੀ ਚੜਿਆ ਅੱਛਾ ਕਹੀ ਦੁਰਾਏ ਰਾਊਂਡ 1 ਜਿਹੜਾ ਸੀ ਨਾ ਰਾਊਂਡ 1 ਉਹ ਆਦਲ ਅਤੇ ਅਕਲ ਗਿਆ ਹਾਰ ਹੁਣ ਰਾਊਂਡ 2 ਆ ਚੱਲ ਜਲਦੀ ਜਲਦੀ ਆਪਣੀ ਜਗ੍ਹਾ 'ਤੇ ਜਲਦੀ ਪਹੁੰਚੋ ਜਲਦੀ ਚਲੋ ਹਾਂ ਚਲੋ ਠੀਕ ਹੋ ਗਿਆ ਪੱਟੀ ਬਾ ਠੀਕ ਆ ਪੱਟੀ ਠੀਕ ਆ ਜਦੋਂ ਮੈਂ ਕਹੂੰਗਾ ਉਦੋਂ 3 2 1 ਗੋ ਚਲੋ ਉਸਤਾਦ ਜੀ ਦੇਖਦੇ ਹਾਂ ਹੁਣ ਇਹਨਾਂ ਦਾ ਕੀ ਸਿਸਟਮ ਹੈਗਾ ਉਹ ਦੇਖ ਲਓ ਇੱਕ ਡਿੱਗ ਗਿਆ ਪਿੱਛੇ ਪਹਿਲਾਂ ਹੀ ਚਲੋ 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 ਐਤਕੀ ਸਾਹਿਲ ਨੂੰ ਹਰਾਉਣਾ ਹੈ ਤੁਸੀਂ ਖਿੱਚ ਕੇ ਰੱਖੋ ਖਿੱਚ ਕੇ ਲੰਮਾ ਪਏ ਹਾਂ ਇੱਧਰ ਥੱਲੇ ਪਿੱਛਣ ਜ਼ੋਰ ਲਾ ਲਾ ਦੇ ਚੱਲ ਖਿੱਚ ਜ਼ੋਰ ਲਾ ਸਾਡੀ ਮਾਮਲਾ ਜਿਹੜਾ ਨਾ ਗਈ ਗੇਮ ਬੜੀ ਜ਼ੋਰਦਾਰ ਲੱਗੀ ਪਈ ਆ ਸਾਹਿਲ ਤਕਰੀਬਨ ਲਗਭਗ ਹਾਰ ਹੀ ਚੁੱਕਿਆ ਵਾ ਪਰ ਦੇਖਦੇ ਹਾਂ ਕੀ ਪਤਾ ਐਂਡ ਤੇ ਬਾਜ਼ੀ ਮਾਰ ਜਾਵੇ ਗੇਮ ਦਾ ਕੋਈ ਪਤਾ ਨਹੀਂ ਚੱਲਦਾ ਕਦੋਂ ਵੀ ਬੰਦਾ ਹਾਰ ਜਿੱਤ ਜਾਂਦਾ ਜ਼ੋਰ ਲਾ ਕੇ ਚਲੋ ਸਾਹਿਲ ਲੈ ਗਿਆ ਓਏ ਚਲੋ ਮੈਨੂੰ ਐਵੇਂ ਲੱਗਦਾ ਜਿਵੇਂ ਇੱਕ ਤਰਫ ਐਵੇਂ ਲੱਗਦਾ ਸੀ ਜਿਵੇਂ ਇੱਕ ਤਰਫਾ ਮੁਕਾਬਲਾ ਹੁੰਦਾ ਪਰ ਆਦਲ ਅਤੇ ਆਕਲ ਜਿਹੜੇ ਆ ਦੂਸਰੀ ਵਾਰੀ ਗਏ ਹਾਰ ਅਤੇ ਕੀ ਕਹਿੰਦੇ ਹੁੰਦੇ ਆਪਣਾ ਹੁਣ ਜਿਹੜਾ ਨਾ ਸਾਹਿਲ ਗਿਆ ਵਾ ਜਿੱਤ ਸਾਹਿਲ ਕਿੱਦਾਂ ਦਾ ਲੱਗ ਰਿਹਾ ਮਜ਼ਾ ਆ ਰਿਹਾ ਜੀ ਹਾਂਜੀ ਇੱਕ ਰਾਊਂਡ ਹੋਰ ਹੋਈ ਵੇ ਕਿ ਬਸ ਖਤਮ ਇੱਕ ਰਾਊਂਡ ਹੋਰ ਹੁੰਦਾ ਵਾ ਪਰ ਇਹ ਐਤਕੀ ਪਤਾ ਕੀ ਕਰਾਂਗੇ ਤੁਹਾਡੀ ਜਗ੍ਹਾ ਕਰਾਂਗੇ ਚੇਂਜ ਕੀ ਪਤਾ ਜਗ੍ਹਾ ਦੀ ਵਜ੍ਹਾ ਤੋਂ ਇਹ ਨਹੀਂ ਯਾਨੀ ਕਿ ਹਾਰਦੇ ਪਏ ਹੈਗੇ ਕਿਉਂਕਿ 2 ਬੰਦੇ ਆ ਇਹ ਮੋਟੇ ਮੋਟੇ ਇਹਨਾਂ ਦਾ ਜ਼ੋਰ ਕਿਉਂ ਨਹੀਂ ਲੱਗਦਾ ਥੱਲੇ ਉਤਰ ਪੀਂਗੋ ਤੁਹਾਨੂੰ ਸੁਣਦਾ ਨਹੀਂ ਤੁਹਾਨੂੰ ਚੜ ਕੇ ਬਹਿਣਾ ਅਤੇ ਇੱਕ ਵਾਰੀ ਤਰ੍ਹਾਂ ਨਾਲ ਫਿਰ ਚੱਲਦੇ ਹਾਂ ਅਗਲੇ ਰਾਊਂਡ ਦੀ ਤਰਫ 'ਤੇ ਅਸੀਂ ਦੇਖਦੇ ਹਾਂ ਕਿ ਇਹਨਾਂ ਦਾ ਕੀ ਸਿਸਟਮ ਹਿਸਾਬ ਕਿਤਾਬ ਹੈਗਾ ਅਤੇ ਤੁਸੀਂ ਜੁੜੇ ਰਹੋ ਪੂਰੇ ਵਲੋਗ ਨਾਲ ਵੀਡੀਓ ਦੇਖਿਓ ਐਂਡ ਅਤੇ ਫਿਨਰ ਡਿਸਾਈਡ ਹੋਏਗਾ ਕਿ ਸ਼ਾਇਦ ਜਗ੍ਹਾ ਦਾ ਮਸਲਾ ਹੈ ਜਾਂ ਵੈਸੇ ਇਹਨਾਂ ਕੋਲ ਜ਼ੋਰ ਨਹੀਂ ਲੱਗਦਾ ਹੈਗਾ ਅਤੇ ਅਗਲਾ ਜਿਹੜਾ ਨਾ ਉਹ ਪਾਰਟ ਸਟਾਰਟ ਕਰਦੇ ਹਾਂ ਨਾਲੋਂ ਨਾਲ ਦੇਖਿਓ ਅੱਛਾ ਕਹੇ ਸਾਹਿਲ ਤਾਂ ਫਿਲਹਾਲ ਨਾ ਵੈਸੇ ਜਿੱਤਿਆ ਹੋਇਆ ਵਾ ਫਿਰ ਵੀ ਰਾਊਂਡ 2 ਯਾਨੀ ਕਿ ਜਿਹੜਾ ਰਾਊਂਡ 3 ਆ ਨਾ ਉਹ ਇੱਕ ਵਾਰੀ ਕਰਾ ਕੇ ਦੇਖਦੇ ਹਾਂ ਕੀ ਪਤਾ ਸ਼ਾਇਦ ਜਿੱਤ ਜਾਣ ਪਰ ਇੱਕ ਜਿੱਤੇ ਹਰੇਕ ਬਰਾਬਰ ਹੈਗੇ ਆ ਵੀਨਰ ਨੂੰ ਇਹ ਇਨਾਮ ਮਿਲੇਗਾ ਠੀਕ ਹੈ ਪਾਪੜੀ ਠੀਕ ਹੈ ਅਤੇ ਦੇਖਿਓ ਹੁਣ ਫਾਈਨਲ ਜਿਹੜਾ ਨਾ ਆਖਰੀ ਥਰਡ ਪਾਰਟੀ ਜਿਹੜੀ ਹੈ ਮਤਲਬ ਥਰਡ ਪਾਰਟੀ ਕਹਿ ਰਹੇ ਹਾਂ ਥਰਡ ਰਾਊਂਡ ਜਿਹੜਾ ਵਾ ਉਹਦੇ 'ਚ ਕੌਣ ਫਾਈਨਲ ਵਿਨਰ ਡਿਸਾਈਡ ਹੁੰਦਾ ਹੈ ਜਗ੍ਹਾ ਚੇਂਜ ਕਰਕੇ ਦੇਖਦੇ ਹਾਂ ਹੈ ਨਾ ਸਾਹਿਲ ਜਗ੍ਹਾ ਚੇਂਜ ਕਰਕੇ ਦੇਖਿਓ ਹਾਂ ਬਈ ਜਗ੍ਹਾ ਚੇਂਜ ਕਰੀਏ ਤੁਹਾਡੀ ਹੈਂ ਫਿਰ ਜਿੱਤ ਜਾਓਗੇ ਲੱਗਦਾ ਤਾਂ ਨਹੀਂ ਮੈਨੂੰ ਹੈ ਬਈ ਚਲੋ ਠੀਕ ਹੋ ਗਿਆ ਹੈ ਸਹੀ ਹੈ ਸਾਹਿਲ ਸਹੀ ਆ ਗਾਇਜ਼ ਮੈਂ ਨਾ ਐਤਕੀ ਇਹਨਾਂ ਨੂੰ ਥੋੜ੍ਹੀ ਜਿਹੀ ਟਿਪ ਦਿੱਤੀ ਆ ਕਿ ਕਿੱਦਾਂ ਤੁਸੀਂ ਖਿੱਚਣਾ ਹੈ ਅਤੇ ਕਿੱਦਾਂ ਕੀ ਪਤਾ ਹੈ ਤੁਸੀਂ ਸ਼ਾਇਦ ਜਿੱਤ ਜਾਓ ਠੀਕ ਆ ਚਲੋ ਆਪਣੇ ਅਰੇਂਜਮੈਂਟ ਕਰੋ ਜਲਦੀ ਹਲੇ ਨਹੀਂ ਖਿੱਚਣਾ ਮੈਂ ਤੁਹਾਨੂੰ ਦੱਸਾਂਗਾ ਅਰੇਂਜਮੈਂਟ ਹੋ ਗਏ ਚਲੋ ਮੈਂ ਇੱਥੇ ਆ ਰਿਹਾ ਵਾਂ ਫਿਰ ਆਪਾਂ ਸਟਾਰਟ ਕਰਦੇ ਹਾਂ ਅਗਲਾ 3 2 1 ਗੋ
ਜਲਦੀ 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 ਸਾਹਿਲ 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 ਤੇਰੀ ਖੈਰ ਸਾਹਿਲ ਜ਼ੋਰ ਲਾ ਸਾਹਿਲ ਬਸ ਥੋੜ੍ਹਾ ਜਿਹਾ ਓਏ ਚਲੋ ਉੱਠੋ ਸਾਰੇ ਕੱਪੜੇ ਗੰਦੇ ਕਰ ਲਏ ਤੁਸੀਂ ਕੰਜਰੋ ਚਲੋ 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 ਉੱਠੋ 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 ਤੁਹਾਨੂੰ ਦੱਸਿਆ ਵੀ ਸੀਗਾ ਤੁਸੀਂ ਫਿਰ ਵੀ ਹਾਰ ਗਏ ਕੋਈ ਹਾਲ ਨਹੀਂ ਤੁਹਾਡਾ ਜਲਦੀ 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 ਦੋਨੇ ਜਣੇ ਲੇਟ ਜਾਓ ਲੇਟ ਜਾਓ ਦੋਨੇ ਜਣੇ 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 ਹਾਂ ਹਾਂ ਚਲੋ 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 ਪੈਪ ਨੂੰ ਲਪੇਟ ਲਓ ਪੈਪ ਨੂੰ ਲਪੇਟ ਲਓ ਆਪਣੇ ਉੱਤੇ ਅਕਲ ਪੈਪ ਨੂੰ ਲਪੇਟੀ ਜਾ ਕੋਈ ਹਾਲ ਨਹੀਂ ਤੁਹਾਡਾ ਲੋਲੇ ਬੋਲ ਨਹੀਂ ਹੈ ਤੁਸੀਂ ਚਲੋ 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 ਏ ਓ ਹਾਰ ਗਈ ਗਾਇਸ ਜਿਹੜੇ ਹੈਗੇ ਆ ਨਾ ਮਜ਼ਾ ਆਇਆ ਜੀ ਡਿਗਣ ਦਾ ਮਜ਼ਾ ਆਇਆ ਚਲੋ ਕੱਪੜੇ ਚੜੋ ਆਪਣੇ ਮੈਂ ਤੁਹਾਡੀ ਮਾਂ ਨੇ ਤੁਹਾਨੂੰ ਕੁੱਟਣਾ ਡੰਡੇ ਨਾਲ ਗਾਇਸ ਤਾਂ ਗਰੀਬਾਂ ਨਾ ਹਾਰ ਅੱਗੇ ਹੋਇਆ ਸੀ ਇਹਨਾਂ ਦਾ ਕੋਈ ਹਾਲ ਨਹੀਂ ਕੋਈ ਫਾਇਦਾ ਨਹੀਂ ਹੋਇਆ ਥਰਡ ਰਾਊਂਡ ਵੀ ਜਿਹੜਾ ਹਾਰ ਗਿਆ ਸਾਹਿਲ ਹੋ ਗਿਆ ਵਿਨਰ ਅਤੇ ਹੁਣ ਜਿਹੜਾ ਫਾਈਨਲ ਪ੍ਰੋਸੈਸ ਆਪਣਾ ਇਨਾਮ ਵਾਲਾ ਹੈਗਾ ਵਾ ਵਿਨ ਟੀਮ ਨੂੰ ਜਿਹੜੇ ਕਿ ਇਨਾਮ ਦਿੱਤਾ ਜਾਏਗਾ ਉਹ ਆਪਣਾ ਪ੍ਰੋਸੈਸ ਕਰਦੇ ਹਾਂ ਸਾਹਿਲ ਜਿੱਤ ਗਿਆ ਸਾਹਿਲ ਕਿਵੇਂ ਮਜ਼ਾ ਆਇਆ ਹਾਂਜੀ ਫਿਰ ਕੱਲ੍ਹ ਨੂੰ ਕੋਈ ਨਵੀਂ ਗੇਮ ਲੈ ਕੇ ਆਵਾਂਗੇ ਤੁਹਾਡੇ ਵਾਸਤੇ ਅਤੇ ਨਵਾਂ ਜਿਹੜਾ ਸਿਸਟਮ ਕਰਾਂਗੇ ਕੱਲ੍ਹ ਨੂੰ ਕਿਹੜੀ ਗੇਮ ਖੇਲਣੀ ਆ ਕੱਲ੍ਹ ਨੂੰ ਬਾਂਦਰ ਕਿੱਲਾ ਝੂਟ ਲੈਂਦਾ ਅੱਛਾ ਤੂੰ ਕਿਹੜੀ ਖੇਲਣੀ ਸਾਹਿਲ ਨਹੀਂ ਕੋਈ ਹੋਰ ਦੱਸੋ ਤਿੰਨੇ ਦੱਸੋ ਫਿਰ ਆਵਾਮ ਜਿਹੜੀ ਕਮੈਂਟ 'ਚ ਦੱਸੋ ਕਿ ਨਾ ਖੇਲਾਂਗੇ ਤੂੰ ਬਾਂਦਰ ਕਿੱਲਾ ਕਹਿ ਰਿਹਾ ਤੂੰ ਕਿਹੜੀ ਕਹਿ ਰਿਹਾ ਵਾਂ ਪਕਨ ਪਕੜਾਈ ਅੱਛਾ ਅਕਲ ਤੂੰ ਕਿਹੜੀ ਕਹਿ ਰਿਹਾ ਵਾਂ ਪਕਨ ਪਕੜਾਈ ਨਹੀਂ ਤੂੰ ਕੋਈ ਹੋਰ ਦੱਸ ਚਾਰ ਪਲੀਜ਼ ਚਲੋ ਪਲੇ ਚਲੋ ਜੀ ਦੇਖਦੇ ਹਾਂ ਹੁਣ ਤੁਸੀਂ ਕਮੈਂਟ 'ਚ ਦੱਸਣਾ ਹੈ ਕਿ ਕੋਈ ਨਵੀਂ ਗੇਮ ਕਰਨੀ ਹੈ ਜਾਂ ਇਹਨਾਂ ਤਿੰਨਾਂ ਦੇ ਚੈੱਕ ਕਰਨੀ ਹੈ ਅਤੇ ਕੱਲ੍ਹ ਨੂੰ ਅਸੀਂ ਕੋਈ ਇਹਨਾਂ 'ਚੋਂ ਸ਼ਾਇਦ ਇੱਕ ਗੇਮ ਕਰੀਏ ਠੀਕ ਹੈ ਅਤੇ ਬਾਕੀ ਹੁਣ ਚੱਲਦੇ ਹਾਂ ਫਾਈਨਲ ਪ੍ਰੋਸੈਸ ਵੱਲ ਅਤੇ ਦੇਖਦੇ ਹਾਂ ਹੁਣ ਕੀ ਸਿਸਟਮ ਹੈ ਅੱਗੇ ਦਾ ਕੱਲ੍ਹ ਦਾ ਅੱਛਾ ਜੀ ਵਿਨਰ ਜਿਹੜਾ ਨਾ ਸਾਹਿਲ ਹੋਇਆ ਵਾ ਸਾਹਿਲ ਬੈਠ ਜਾਵੇ ਇੱਥੇ ਮੇਰੇ ਕੋਲ ਸਾਹਿਲ ਨੂੰ ਅਸੀਂ ਦੇਵਾਂਗੇ ਇਨਾਮ ਪਾਪੜੀ ਠੀਕ ਹੋ ਗਿਆ ਪੂਰਾ ਵਲੋਗ ਦੇਖਿਆ ਹੋਣਾ ਮਜ਼ਾ ਆਇਆ ਹੋਣਾ ਆਲੀ ਹਸਨ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਜਦ ਤੱਕ ਲਈ ਅੱਲਾ ਹਾਫਿਜ਼ ਸਾਹਿਲ ਕੀ ਅੱਲਾ ਹਾਫਿਜ਼ ਓਕੇ ਹੋ ਗਿਆ ਜੀ